الہی کیفا ادعو کا وانا انا وکیفا اکتو رجائی من کا وانتا انتا الہی اذا لم اسألک فتوتینی فمن ذا الذی اسألہ فیعطینی الہی اذا لم ادعوک فتستجیب لی فمن ذا الذی ادعوہ فیستجیب لی الہی اذا لم اتضرع الیک فترحمنی فمن ذا الذی اتضرع الیہ فی الہی فکما فلکت البحر لموسیٰ علیہ السلام ونجیتہ اسألک ان تصلی علی محمد وآلہ وان تنجینی مما انا فیہ وتفرج عنی فرجا عاجلا غیر عاجل بفضلک ورحمتک یا ارحم الراحمین اللہم صلی علی محمد وآل محمد وعجل فرجہم ساری چو ہر بندہ زندگی دے ہر سانس نال مقروض ہے آل محمد دے عبدی احسانات دا حل جزاء الاحسان الا الاحسان قرض ادا کرو صلوات باواز بلند پڑھو سیدنا رضا فرمان معصوم ہے جو دی معاشر دے روشن اسی اچے راہ جڑا زندگی چ ساری ذات تے کھلے روح نال درود پڑھدا رہیا ہوئے اللہم نعرے تکبیر تھک وننا تقاضے بشریت سارے دن دی مجلس ہی لیکن تھکان دور کر کے آخری موالی تک نعرے تکبیر نعرے رسالت سارے بولو نعرے رسالت نعرے حیدری ہاتھ بلند کر کے حیدری صلوات بر حسین علیہ السلام دعا ہے تاریک رات کو روز روشن وچ تبدیل کرنے والا خالق ساری عبادت قبول فرماوے سمندر دے درمیان پتھر دے پیٹ وچ حقیر جاں کیڑے کو وقت رزق دیوان والا رازق مومنین کو اپنے سوا کہن دا محتاج نہ کرے مالک بے اولاداں کو اولاد عطا فرماوے مالک بے رزقاں کو رزق عطا فرماوے مالک بے ایماناں کو ایمان عطا فرماوے مالک ساڈے حقیقی وارث بادشاہ کائنات حجت خدا دا جلد ظہور فرماوے مالک عراق یمن اور شام دے مومنین کو دشمن تے فتح نصیب فرماوے اور صلوات ایسی پڑھو جو ماحول معطر تھی ونے صلوات دی آواز نہ اعوذ باللہ من الشیطان الرجیم بسم اللہ الرحمن الرحیم الحمد للہ الذی لا یبلغ مدحتہ القائلون ثم الصلاۃ والسلام علی النبی اللہ امی اللہ ہادی اللہ مہدی کوکب دری احمد المکی و محمد المدنی صلو علیہ وسلم و تسلیما و صلوا صاحب الوقار و سکینہ المدفون بیار
ਜ਼ ਮਦੀਨਾ ਆਜਾ ਪੀਆ ਅੱਬਾਸ ਦੀ ਭੈਣ ਰੁਕਈਆ ਦਾ ਤੇ ਨਹੀਂ ਵਗਿਆ ਸਮਾਂ ਜੇ ਜਿਆਂਦਾ ਜੇ ਕੋ ਰਾਤ ਵੀ ਰੋਂਦੇ ਗੁਜ਼ਰ ਵੈਂਦੀ ਉਹ ਅੱਧੇ ਨਹੀਂ ਵੀ ਰੋਂਦੇ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਮੈਂ ਹਜ਼ਾਰ ਬਾਰ ਆਖਾਂ ਮੈਂ ਪਿਆ ਦਾ ਅੱਬਾਸ ਦੀ ਭੈਣ ਰੁਕਈਆ ਦਾ ਤੇ ਨਹੀਂ ਵਾਕਿਆ ਸਮਾਂ ਜੇ ਚਿਆਂਦਾ ਜੇ ਕੋ ਰਾਤ ਵੀ ਰੋਂਦੇ ਗੁਜ਼ਰ ਵੈਂਦੀ ਉਹ ਅੱਧੇ ਨਹੀਂ ਵੀ ਰੋਂਦੇ ਲਾਂਦਾ ਸ਼ੀਆਂ ਤੇ ਭਾਵੇਂ ਸੁਣੀਏ ਜਿਹੜੀ ਵੱਤ ਵੱਤ ਪੁੱਛਿਆ ਗਾਜ਼ੀ ਤੂੰ ਤੇ ਕੋਈ ਹਾਲ ਮੇਰੇ ਪੁੱਤਰਾਂ ਦਾ ਬੀਬੀ ਆਖਿਆ ਮੈਂ ਖਾਬ ਲਿਠਾਏ ਇੱਕ ਕੁਸ ਗਈ ਹੈ ਉਹ ਪੀਏ ਬੈਦਾ ਚੋਲਾ ਅੱਲਾ ਦੀਆਂ ਦੇ ਪਰਦੇ ਕਰੀ ਬਸ ਸ਼ਾਮ ਹੈ ਮੈਂ ਇੰਤਜ਼ਾਰ ਨਹੀਂ ਕਰਾਇਆ ਫਜ਼ਾਇਲ ਪੜ੍ਹਨਾ ਕੋਈ ਨਹੀਂ ਜਨਾਜ਼ੇ ਆਵਣ ਤਰਾਏ ਦੋ ਪੁੱਤਰਾਂ ਦੇ ਇੱਕ ਪਿਓ ਦਾ ਅੱਲਾ ਦੇ ਨਬੀ ਦਾ ਇੱਕ ਫਰਮਾਨ ਹੈ ਆਨਾ ਮਦੀਨਤੁਲ ਇਲਮੇ ਵਾਲੀਯੁਨ ਬਾਬੁਹਾ ਉਸ ਆਖਰੀ ਮਾਤਮੀ ਤੱਕ ਜਿਹੜਾ ਬੰਦਾ ਤਵੱਜੋ 'ਚ ਬੈਠੇ ਉਹਦੀ ਮਜਲਿਸ ਹੋ ਸੀ ਮੈਂ ਇਲਮ ਦਾ ਸ਼ੇਰ ਹਾਂ ਅਲੀ ਦਰਵਾਜ਼ੇ ਹਯਾਤੀ ਹੋਵੇ ਅਗਰ ਇਸ ਫਰਮਾਨ ਕੋ ਹੁਸੈਨ ਵਾਲੇ ਪਾਸੇ ਗਿਣੋ ਨਾ ਤਾਂ ਇਹ ਫਰਮਾਨ ਕੁਝ ਇੰਝ ਬਣ ਸੀ ਹੁਸੈਨ ਦੁੱਖਾਂ ਦਾ ਸ਼ਹਿਰ ਹੈ ਮੁਸਲਿਮ ਦਰਵਾਜ਼ਾ ਹੈ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਜਿਹੜੇ ਮਿਹਨਤ ਪਸੰਦ ਬੈਠੇ ਵੇ ਹੁਸੈਨ ਦੁੱਖਾਂ ਦਾ ਸ਼ਹਿਰ ਦਰਵਾਜ਼ੇ ਦਾ ਨਾਮ ਹੈ ਮੁਸਲਿਮ ਜਿਹੜੇ ਮਾਤਮ ਦੀ ਨੀਅਤ 'ਤੇ ਆਏ ਬੈਠੇ ਵੇ ਕਦਮਾਂ 'ਤੇ ਹੱਥ ਲਾ ਕੇ ਆਖੋ ਕੱਲਾ ਵੰਜਣਾ ਹੈ ਸੁਚੇਂਦਾ ਖੜਾ ਮੈਂ ਤੁਲਾਨੀ ਮਜਲਿਸ ਨਾ ਪੜ੍ਹਾਂ ਮੈਂ ਨਾ ਚਾਹੁੰਦਾ ਜੋ ਕਹਿ ਮਸਤੂਰ ਕੋ ਕਹਿ ਮਰਦ ਕੋ ਰਸਤੇ 'ਚ ਰਾਤ ਥੀ ਵੇ ਅੱਲਾ ਭਾਵੇਂ ਵਕਤ ਨਾਲ ਸਫ਼ਰ ਕਰਵੇ ਸੋ ਬੇਵਕਤ ਰੁਲ ਮੋਈਆਂ ਤਾਂ ਅਲੀ ਦੀਆਂ ਧੀਆਂ ਤੂੰ ਲੱਥੇ ਜਿੰਦਰੇ ਵੰਜ ਦੇਖ ਸੇ ਜਿਨ੍ਹਾਂ ਦਾ ਜ਼ੇਨ ਮਸਾਹਿਬ ਵਾਲੇ ਪਾਸੇ ਸਾਰਾ ਦਿਨ ਦਾ ਥੱਕੋ ਹੋਇਆ ਮਜਮੇ ਮੇਰੇ ਵਾਸਤੇ ਇਤਨਾ ਬਹਿ ਵੰਜਣਾ ਹੀ ਕਾਫੀ ਹੈ ਅਗਰ ਕੁਝ 5 ਮਿੰਟ ਲੇਟ ਹੋ ਵੀ ਜਾਵੇ ਤਾਂ ਕੋਈ ਮਹਿਸੂਸ ਬੰਦਾ ਨਾ ਕਰੇ ਕਿਉਂਕਿ ਜਿੱਦਾਂ ਵਧੀਆਂ ਹਸਤੀਆਂ ਦੇ ਜਨਾਜ਼ੇ ਹੋਵੇ ਜਨਾਜ਼ਿਆਂ 'ਤੇ ਦੇਰ ਹੋਵੇਂਦੀ ਰਹਿੰਦੀ ਹੈ ਜਨਾਜ਼ੇ ਆਵਣੇ ਨੇ ਕਾਇਨਾਤ ਦੇ ਮਾਲਕਾਂ ਦੇ ਜਿਹੜੇ ਮਾਤਮ ਦੀ ਨੀਅਤ 'ਤੇ ਆਏ ਬੈਠੇ ਪੁੱਛਦਾ ਖੜਾ ਇਕੱਲਾ ਵੰਜਣਾ ਹੈ ਜਿਨ੍ਹਾਂ ਦਾ ਜ਼ੇਨ ਮਜਲਿਸ ਵਾਲੇ ਪਾਸੇ ਇਕੱਲਾ ਵੰਜਣਾ ਹੈ ਗਰੀਬ ਆ ਦੇ ਇਕੱਲਾ ਨਹੀਂ ਦੂ ਤੇਰੇ ਕਤਲ ਦੇ ਗਵਾਹ ਵੈਸਨ ਤੇਰੇ ਖੂਨ ਦੇ ਦੋ ਗਵਾਹ ਤੇਰੇ ਨਾਲ ਵੈਸਨ ਆਖਣ ਆਪਣੇ ਹੁਜਰੇ ਸਲਾਮ ਕੀਤੇ ਅਲੀ ਦੀ ਧੀ ਵਾਰਸ ਕਿਨ ਤਿਆਰੀ ਹੈ ਫਰਮਾਇਆ ਕੂਫੇ ਕੱਲਾ ਵੰਜਣਾ ਵੇ ਨਹੀਂ ਮੁਹੰਮਦ ਤੇ ਇਬਰਾਹੀਮ ਨਾਲ ਹੁਸੈਨ ਦੇ ਵਕੀਲ ਆਪਣੀ ਤਿਆਰੀ ਸ਼ੁਰੂ ਕੀਤੀ ਮਾਂ ਨੇ ਦੁਆਈਆਂ ਪੁੱਤਰਾਂ ਦੀਆਂ ਚੋਟੀਆਂ ਮਾਂ ਪੁੱਤਰਾਂ ਦੀਆਂ ਚੋਟੀਆਂ ਦੁਆ ਕੇ ਪਰਦਾਦਾਰਾਂ ਕੋ ਕੀਤੇ ਇਕੱਠਾ ਪਰਦਾਦਾਰਾਂ ਕੋ ਇਕੱਠਾ ਕਰਕੇ ਦੂ ਚੋਲੇ ਗਿਦਨ ਇੱਕ ਇਬਰਾਹੀਮ ਦਾ ਵੀ ਆ ਮੁਹੰਮਦ ਦਾ ਮੈਂ ਕੋ ਮੈਂਬਰ ਦੀ ਕਸਮ ਹੈ ਵੱਡੇ ਕੋ ਆਦੀ ਚੋਲਾ ਪਾ ਵੱਡੇ ਚੋਲਾ ਪਾ ਤੇ ਚੋਲਾ ਲਹਾ ਵੱਡੇ ਲਹਾ ਗਿੱਦੇ ਮੈਂ ਕੋ ਮੈਂਬਰ ਦੀ ਕਸਮ ਹੈ ਛੋਟੇ ਕੋ ਆਦੀ ਤੂੰ ਹੀ ਚੋਲਾ ਲਹਾ ਕੋਸ਼ਿਸ਼ ਕਰੇਂਦੇ ਚੋਲਾ ਨਹੀਂ ਲਹਾਂਦਾ ਇਵੇਂ ਪਰਦਾਦਾਰਾਂ ਤੋਂ ਮੂੰਹ ਕਰਕੇ ਆਦੀ ਬੀਬੀਆਂ ਗਵਾਹ ਰਵਾਏ ਮੇਰੇ ਪੁੱਤਰ ਕੋ ਚੋਲਾ ਲਹਾਵਣ ਦਾ ਡਾਹ ਨਹੀਂ ਆਉਂਦਾ ਕਿਆ ਬਾਤ ਹੈ ਬਾਈ ਜਿਨ੍ਹਾਂ ਦਾ ਜ਼ੇਨ ਮਜਲਿਸ ਵਾਲੇ ਪਾਸੇ ਹੈ ਕਿਆ ਬਾਤ ਹੈ ਮੈਂ ਕਿਉਂਕਿ ਆਪ ਮੈਂ ਸੋਚ ਜਾਂ ਦੋ ਸ਼ਹਾਦਤਾਂ ਇਕੱਠੀਆਂ ਪੜ੍ਹਨੀਆਂ ਦੋ ਜੁਮਲੇ ਪੁੱਤਰਾਂ ਦੀ ਗੁਰਬਤ ਦੇ ਸੁਣੋ ਦੋ ਜੁਮਲੇ ਪਿਓ ਦੀ ਗੁਰਬਤ ਦੇ ਪੜਸਾਂ ਫਿਰ ਜਨਾਜ਼ੇ ਆਸਨ ਸ਼ਹਾਦਤਾਂ ਜੋ ਇਕੱਠੀਆਂ ਪੜ੍ਹਨੀਆਂ ਜਿਹੜੇ ਮਾਤਮੀ ਬੈਠੇ ਵੇ ਬਸ ਰਵਾਨਾ ਹੋਣ ਲੱਗਾ ਮੁਸਲਿਮ ਜਨਾਬ ਅੱਬਾਸ ਕੋ ਸੱਡੇ ਹੁਸੈਨ ਦੇ ਵਕੀਲ ਅਲੈਦਾ ਗਿਣ ਗਏ ਅੱਬਾਸ ਕੋ ਤੁਰਦੀ ਜਾ ਤੇ ਪੁੱਤਰ ਨਾਲ ਖੜਨ ਅੱਬਾਸ ਦੀ ਚੁੰਮੀ ਇਸ ਦਾੜੀ ਗਾਜ਼ੀ ਦੀ ਦਾੜੀ ਤੇ ਬੋਸਾ ਦੇ ਕੇ ਆਦੇ ਅੱਬਾਸ ਮੈਂ ਪਿਆ ਵੈਂਦਾ ਕੂਫੇ ਤੈਂ ਰਾਵਣੇ ਹੁਸੈਨ ਦੇ ਨਾਲ
ਤੇ ਤੇ ਕੋ ਟੁਰ ਦੀਵਾਰ ਇੱਕ ਵਸੀਅਤ ਕਰਨਾ ਚਾਹੁੰਦਾ ਗਾਜ਼ੀਆ ਦੇ ਕਿਹੜੀ ਵਸੀਅਤ ਸੁਣ ਸੋ ਦਰਜਾਤ ਬੁਲੰਦ ਮੈਨੇ ਮੇਰੇ ਬਜ਼ੁਰਗ ਕਿਬਲਾ ਜੰਡੀਰ ਸਾਹਿਬ ਦੇ ਉਹਨਾਂ ਦਾ ਖੂਨ ਦੇ ਕਲਮ ਦਾ ਲਿਖੋ ਹੋਇਆ ਡੋੜੇ ਉਹ ਫਰਮਾਇੰਦੇ ਰਹਿੰਦੇ ਨੇ ਗਾਜ਼ੀ ਦੀ ਦਾੜੀ ਚੁੰਮੀ ਅਸ ਮਸਤ ਬੋਸਾ ਦੇ ਕੇ ਖੜਾ ਦੇ ਤੇਰੇ ਨਾਲ ਹੈ ਪੂਰ ਸ਼ਰੀਫਾਂ ਦਾ ਨਾ ਦੀਹ ਕੋ ਸਫ਼ਰ ਕਰਾਵੇਂ ਮੁਸਲਿਮਾਂ ਦੇ ਤੇਰੇ ਗੈਰਤਮੰਦ ਕੁੱਲ ਫੌਜੀ ਹਨ ਹਰ ਕਹਿ ਕੋ ਸਬਰ ਦਿਵਾਵੇਂ ਚੌਥੀ ਸੱਤਰ ਸਮਝੇ ਉੱਚਾ ਰੋ ਕੇ ਖੜਾ ਦੇ ਨਾਮੂਸ ਦਾ ਗਾਜ਼ੀ ਜਿੱਥਾਂ ਲਵ ਲਾਵੇ ਸਰ ਤਨ ਦੀ ਬਾਜ਼ੀ ਲਾਵੇਂ ਮੁਸਲਿਮ ਰੋ ਕੇ ਖੜਾ ਦੇ ਤੋੜੇ ਆਪਣੀ ਭੈਣ ਥੀ ਕੈਦ ਵਣੀ ਨਾ ਜ਼ੈਨਬ ਕੈਦ ਕਰਾ ਅਜਰੋ ਕਮਲ ਅੱਲਾ ਅਜਰੋ ਕਮਲ ਅੱਲਾ ਕਿਆ ਬਾਤ ਹੈ ਬਾਈ ਜੀ ਨਾ ਹੈ ਕਰ ਛੋੜੀਏ ਨਾਮੂਸ ਦਾ ਗਾਜ਼ੀ ਜਿੱਥਾਂ ਲਵ ਲਾਵੀ ਸਰ ਤਨ ਦੀ ਬਾਜ਼ੀ ਲਾਵੇਂ ਤੋੜੇ ਆਪਣੀ ਭੈਣ ਥੀ ਕੈਦ ਵਣੀ ਨਾ ਜ਼ੈਨਬ ਕੈਦ ਕਰਾਵੇਂ ਇਹ ਗੱਲ ਕਰਕੇ ਮੁਸਲਿਮ ਤੁਰ ਪਏ ਮਾਤਮੀ ਉਹ ਹੁਸੈਨ ਦਾ ਵਕੀਲ ਹੈ ਕੂਫੇ ਕੁਝ ਤਾਰੀਖਾਂ ਦੀਆਂ 18,000 ਲੋਕਾਂ ਬਾਇਤ ਕੀਤੀ ਕੁਛ ਤਾਰੀਖਾਂ ਦੀ 24,000 30,000 80,000 ਤੱਕ ਦੀ ਰਿਵਾਇਤ ਹੈ ਖੁਦਾ ਲਾਨਤ ਕਰੇ ਹਾਕਮ ਸ਼ਾਮ ਤੇ ਇਸ ਬੇਗੈਰਤ ਨੇ ਇਬਨ ਜ਼ਿਆਦ ਕੋ ਗਵਰਨਰ ਬਣਾ ਕੇ ਭੇਜਿਆ ਜੋ ਵੰਜ ਕੂਫੇ ਦਾ ਗਵਰਨਰ ਕਮਜ਼ੋਰ ਹੈ ਹੁਸੈਨ ਦਾ ਵਕੀਲ ਪਹੁੰਚ ਗਏ ਸਖਤੀ ਨਹੀਂ ਪਈ ਆਉਂਦੀ ਇਸ ਕਮੀਨੇ ਤੇ ਖੁਦਾ ਲਾਨਤ ਕਰੇ ਇਹ ਕਮੀਨਾ ਆਏ ਆਵਣ ਸੇਤੀ ਦਾਰੁਲ ਅਮਾਰਾ ਦੀ ਛੱਤ 'ਤੇ ਚੜ੍ਹੇ ਕੂਫੇ ਦੇ ਲੋਕਾਂ ਕੋ ਕੀਤਾ ਇਕੱਠਾ ਇਬਨ ਜ਼ਿਆਦ ਨੇ ਕਿਆਮਤ ਖੇਜ਼ ਐਲਾਨ ਕੀਤੇ ਐਲਾਨ ਕਰਕੇ ਖੜਾ ਦੇ ਮੈਂ ਸੁਣੇ ਹੁਸੈਨ ਦਾ ਵਕੀਲ ਕੂਫੇ ਆਇਆ ਹੋਏ ਤੁਸਾਂ ਕੀਤੀ ਉਹਦੀ ਬਈਅਤ ਲਫ਼ਜ਼ ਮੇਰਾ ਇੱਕੋ ਯਾਦ ਰੱਖਾ ਹੈ ਜਿਹੜਾ ਬੰਦਾ ਮੁਸਲਿਮ ਦੀ ਬਈਅਤ 'ਤੇ ਕਾਇਮ ਰਿਹਾ ਉਹਦੇ ਬੱਚੇ ਕੈਦ ਕਰਾਏ ਵੈਸਨ ਨਾਮੋਸ ਦੇ ਦਰਦ ਦੇਸੂ ਮਰਦ ਕਤਲ ਹੋ ਸਨ ਐਲਾਨ ਦਾ ਸੁਣਨ ਹਾ ਦੁਨੀਆ ਹੁਸੈਨ ਦੇ ਵਕੀਲ ਕੋ ਛੋੜਨ ਲੱਗ ਪਈ ਮਾਤਮੀ ਉਹ 8 ਦੇ ਲਹਾਜ ਦਾ ਇਹੋ ਟਾਈਮ ਆ ਜੋੜੀ ਕੋ ਨਾਲ ਲਾ ਕੇ ਹੁਸੈਨ ਦਾ ਵਕੀਲ ਆ ਖੜੇ ਕਾਜ਼ੀ ਸ਼ੁਰਹ ਦੇ ਦਰ 'ਤੇ ਬੰਦਾ ਕਿਹੜਾ ਜਿਹੜਾ ਮੁਸਲਿਮ ਦੀ ਗੁਰਬਤ 'ਤੇ ਨਾ ਰੋਵੇ ਦਕੁਲ ਬਾਬ ਕੀ ਤਸ ਕਾਜ਼ੀ ਬਹਿਰੇ ਕਾਜ਼ੀ ਜੀ ਮੁਸਲਿਮ ਮੈਂ ਕੁਛ ਸੁਣਿਆਣਦਾ ਨਾ ਜੇ ਜਾਣਦਾ ਕਾਜ਼ੀ ਮੈਂ ਉਹ ਮੁਸਲਿਮ ਹਾਂ ਜਦੋਂ ਕੂਫੇ ਚਾਚੇ ਅਲੀ ਦੀ ਸ਼ਾਹੀ ਆਈ ਤੂੰ ਬੜਾ ਗਰੀਬ ਹੁੰਦਾ ਆਵੇਂ ਤੇ ਮੈਂ ਕੋ ਆਖਾਈ ਮੈਂ ਇਲਮ ਹੀ ਰੱਖਦਾ ਤੇ ਹਾਂ ਵੀ ਗਰੀਬ ਮੈਂ ਚਾਚੇ ਅਲੀ ਕੋ ਸਿਫਾਰਿਸ਼ ਕੀਤੀ ਆਈ ਚਾਚੇ ਅਲੀ ਨੇ ਤੇ ਕੋ ਕੂਫੇ ਦਾ ਕਾਜ਼ੀ ਮੁਕਰਰ ਕੀਤਾ ਆਈ ਜੱਜ ਮੁਕਰਰ ਕੀਤਾ ਆਈ ਗਰੀਬ ਆਦੇ ਸ਼ਰੀਫ ਕਹਿੰਦੇ ਇਸਾਨ ਨਹੀਂ ਖੜੇਂਦੇ ਮੇਰੀ ਇੱਕ ਗੱਲ ਯਾਦ ਰੱਖ ਮੈਂ ਇਕੱਲਾ ਔਖੀ ਤੇ ਭਾਵੇਂ ਸੌਖੇ ਮੇਰੀ ਨਿਭ ਵੈਸੀ ਲੇਕਿਨ ਪਿਊਵਾਂ ਅੱਖੀਂ ਦੇ ਸਾਹਮਣੇ ਜੋੜੀ ਕਿਵੇਂ ਕੁਹਾਵਾਂ ਪਤਾ ਨਹੀਂ ਯਾਰ ਚੰਦ ਬੰਦੇ ਕਿਹੜੇ ਖਿਆਲ 'ਚ ਬੈਠੇ ਨੇ ਮੈਂ ਤਾਂ ਤਫਸੀਲ ਨਾਲ ਮਸਾਏ ਪੜ੍ਹਨਾ ਚਾਹੁੰਦਾ ਜਿਹਨਾਂ ਦਾ ਬੰਦਾ ਦਾ ਜ਼ਹਿਨ ਮਜਲਿਸ ਵਾਲੇ ਪਾਸੇ ਅੱਖੀਂ ਦੇ ਸਾਹਮਣੇ ਕਿਵੇਂ ਪੁੱਤਰ ਕੁਹਾਵਾਂ ਮੇਰੀ ਜੋੜੀ ਕੋ ਖੜਾ ਆਪਣੇ ਕੋਲ ਮੇਰੀ ਔਖੇ ਤੇ ਭਾਵੇਂ ਸੌਖੇ ਨਿਭ ਵਏ ਸੀ ਇਹਨਾਂ ਦੀ ਮਾਂ ਹੈ ਇਹਨਾਂ ਦੇ ਮਾਮੇ ਦੇ ਨਾਲ ਮੱਕੇ ਕੋਈ ਕਾਫਲਾ ਮੱਕੇ ਪਿਆ ਵੈਂਦਾ ਹੋਵੇ ਮੇਰੇ ਪੁੱਤਰਾਂ ਕੋ ਕਾਫਲੇ ਨਾਲ ਭੇਜ ਛੋੜੇ ਤੋੜੇ ਕਦਾਂ ਤਾਂ ਜੀਂਦੇ ਮਾਂ ਕੋ ਵੰਜ ਮਿਲ ਸੈਨ ਜਿਹੜਾ ਬੰਦਾ ਮਾਤਮ ਦੀ ਨੀਅਤ 'ਤੇ ਆਇਆ ਬੈਠੇ ਤੋੜੇ ਕਦਾਂ ਤਾਂ ਜੀਂਦੇ ਮਾਂ ਕੋ ਵੰਜ ਮਿਲ ਸੈਨ ਇਹ ਆਦੇ ਮੁਸਲਿਮ ਨਹੀਂ ਹੋ ਸਕਦਾ ਉਸ ਆਖਰੀ ਮਾਤਮੀ ਤੱਕ ਜਿਹੜੇ ਬੰਦੇ ਤਵੱਜੋ 'ਚ ਬੈਠੇ ਨੇ ਇਹ ਝੋਲੀ ਚਾਹ ਕੇ ਮੈਂ ਦੁਆ ਪੀਆ ਮੰਗਦਾ ਆਮੀਨ ਸਾਰੇ ਅਖਾਏ ਦੁਆ ਮੰਗੀ ਕਰੋ ਇਨਸ਼ਾਅੱਲਾ ਕੋਈ ਪਿਓ ਔਲਾਦ ਦੇ ਸਾਹਮਣੇ ਗਰੀਬ ਨਾ ਹੋਵੇ ਈ ਤੂੰ ਵੱਡੀ ਗੁਰਬਤ ਮੈਂ ਮੁਸਲਿਮ ਦੀ ਪੜ੍ਹਨੀ ਕਿਆ ਹੈ ਤੁਸਾਂ ਸੁਣਨੀ ਕਿਆ ਹੈ ਬੰਦਾ ਜਿਹੜਾ ਮਾਤਮ ਦੀ ਨੀਅਤ 'ਤੇ ਆਇਆ ਬੈਠੇ ਹੋ ਨਹੀਂ ਸਕਦਾ ਜੋ ਮਜਲਿਸ 'ਚ ਬਹਿ ਕੇ ਸੀਨਾ ਪਿਆਰਾ ਕਰੇ ਮੁਸਲਿਮ ਦੀ ਗਰੀਬੀ ਸੁਣ ਕੇ ਅਲਮ ਦੀ ਕਸਮ ਹੈ ਕਾਜ਼ੀ ਦਾ ਹੱਥ ਨੱਪ ਕੇ ਅਲਾਹਦਾ ਗਿਣ ਗਏ ਪੋਤਰ ਉਥਾਂ ਹੀ ਖੜੇ ਕਾਜ਼ੀ ਦੇ ਪਾਸੇ ਦੇਖ ਕੇ ਆਦੇ ਇਹਨਾਂ ਕੋ ਟਿਕਾ ਨਹੀਂ ਇੱਕ ਮਿੰਨਤ ਲਾ ਇਹਨਾਂ ਕੋਈ ਥਾਈ ਦਰ 'ਤੇ ਖੜਾ ਚਾ ਗਰੀਬ ਆਦੇ ਮੈਂ ਬਹਿੰਦਾ ਘੋੜੇ ਦੀ ਜ਼ੀਨ 'ਤੇ ਗਰੀਬ ਆਦੇ ਜਦੋਂ ਮੇਰਾ ਘੋੜਾ ਸਾਹਮਣੇ ਵਾਲੀ ਗਲੀ ਦਾ ਮੋੜ ਮੋੜ ਵੰਜੇ ਵੱਤ ਟੋਰ ਛੋੜੇ ਜੋੜੀ ਜਾਣੇ ਤੇ ਕੂਫਾ ਜਾਣੇ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਜਿਹਨਾਂ ਹੈ ਕਰ ਛੋੜੀਏ ਜੋੜੀ ਜਾਣੇ ਤੇ ਕੂਫਾ ਜਾਣੇ ਥੋੜ੍ਹਾ ਇੱਕੋ ਕੰਮ ਕਰੋ ਤੇ ਇੱਕੋ ਕੰਮ ਕਰੋ ਥੋੜ੍ਹਾ ਜੀ ਅੱਛਾ ਠੀਕ ਜੋੜੀ ਜਾਣੇ ਤੇ ਕੂਫਾ ਜਾਣੇ ਇਹ ਤਾਂ ਮੁਸਲਿਮ ਨਹੀਂ ਹੋ ਸਕਦਾ ਜਿਹੜਾ ਅਸੀਂ ਆਖੇ ਨਾ ਜੋ ਨਹੀਂ ਹੋ ਸਕਦਾ ਉਸ ਵੇਲੇ ਹੁਸੈਨ ਦਾ ਵਕੀਲ ਆਸਮਾਨ ਤੋਂ ਦੇ ਦੇ ਆਸਮਾਨ ਦੇ ਪਾਸੇ ਦੇਖ ਕੇ ਆਦੇ ਤੂੰ ਤਾਂ ਦੇ ਦੱਖਣੇ ਮੇਰਾ ਕਸੂਰ ਤਾਂ ਕੋਈ ਨਹੀਂ
मैं फिर दुआ पिया मंगदा इंशाल्लाह कोई पियो औलाद दे सामने गरीब ना होवे। रब गवाहे पुत्रां को नाल ला के कूफे दी एक सुनसान जई गली जा बैठे इवें घोड़े को गली च बैजन खड़ा नीता सी घोड़े को दो जानू थी के जमीन ते बैठे वड्डे दा सर सजे जानू ते छोटे दा खबे जानू ते दुआ दे हाथ चातनस ई तो वड्डी गरीबी मैं क्या पढ़नी है मुस्लिम दी गली च मिट्टी ते पुत्रां को समा के दुआ दे हाथ चा क्या दे इलाही ना आदा जो मैं मौत तो डर गई ना आदा मेरे को मुसीबत तो छुटकारा दे एक दुआ मंगदा मेरी गरीबी दा वास्ते जब तक मैं इतों वन्या नहीं मेरी जोड़ी को नेंद्रा वन्ने मातमियो अल्लाह दी जात मजबूर इंसान दी दुआ कबूल करें दिए जोड़ी को नेंद्रा ये कंब दे हथा नाल जा के रखे जमीन ते वत छोटे दा सर कंब दे हथा नाल जमीन ते रखे वड़े दा हाथ छोटे दे सीने ते रखे आदे भुलावे नहीं भेरा भेरावां दा माण होंदे अजरो कमल अल्लाह अजरो कमल अल्लाह अजरो कमल अल्लाह क्या बात है भाई भुलावे नहीं भेरा भेरावां दा माण होंदे बस ये लफ्ज आखे ने तुरन लगे मुस्लिम मैं क्या गरीबी पढ़ा मुस्लिम दी देदा पीछे हयाती ओ भी टुरदा अगे देदा पीछे वत टुरदा अगे शाम हो गई है बार बार पीछे ही देदे अगे ही टुरदे जिसले गली दे नुक्कर ते पहुंचे ना एक दफा खड़ के डिठस सुत्ते पुत्रां ते आखरी दीद सट के आसमान दो ले के आदे हुण तेरे हवाले पता नहीं तो वड़ी गुरबत में क्या पढ़नी है मुस्लिम दी गली समा के आसमान दो ले के खड़ा दे हुण तेरे हवाले अल्लाह दे मेहमान को रोवण वाले बस पुत्र निखड़ गए ने जोड़ी निखड़ गई है आप की दे गई है हाथ च घोड़े दी वाग कई वेले उस गली कई वेले उस गली कई वेले उस गली कूफा शहर दे दरवाजे बंद हैं शहर मुकफले हर पासों पहरे हुसैन दा वकील कल्हा रह गए इशा दियां नमाजां पढ़ी गई हैं गली दे नुक्कर ते खड़ा आई मुस्लिम गली दे नुक्कर सामने घर आई एक मोमना मस्तूर दा जिंदा नाम तौए इंदा इक्को पुत्र आई जिंदा नाम बिलाल आई अज भी देखो जा जड़ी माँ दा इकलौता बेटा होवे ना तो रात हो वन्ने ते पुत्र ना आवे माँ को नींदर नहीं आंदी माँ आई है दरवाजे ते देखण जो देखा अजा मेरा पुत्र नहीं आया माँ दी दीद पई है सामने मुस्लिम ते तौवा डिठे हुसैन दे वकील को सद मार के आ दिए मुसाफिर परदेसी तेरा घर कोई नहीं गरीबा दे माई मेरा घर होवे या मैं शामिल तेरे दर ते क्यों आ खड़ा आदि ये समझ गई हैं भावे तो हुसैन दा वकील है आदे वो गरीब मैं हाँ जेडे मातमी बैठे हुए जिन्हें शबी लेके आऊंगी जिसलिए मैं मरसी अपना उसले शबी लाए हुए मरसी है आखिरी दुआ करो मैं चार वैन भी कर गिना और अपने बुजुर्गों का मरसी भी लेके लिखो या पढ़ गिना जेडे मातमी बैठे हुए तेरा घर कोई नहीं गरीब आदे मेरा घर होवे आ मैं शामिल तेरे दर ते क्यों खड़ा आदि हुसैन दा वकील है हाँ आदि बिस्मिल्ला बानी दा घर हाजिर है मैं आदा तवा तेरा भला होवे थोड़े ते औखे वेले हुसैन दे वकील को पनाह दिती है जेडे बंदे मातम दिन आते आए बैठे वे आ बैठे हुजरे च क्योंकि प्यू पुत्रां दी शहादत कट्ठी पड़ी बनी है ना दो दुआ करो मैं दो जुमले गुरबत दे पढ़ गई ना मजीद इवें आ बैठे हुजरे च तवा खाना सामने रखे पानी सामने रखे उस आखिरी मातमी तक हर बंदा बोले मेरे नाल जवाब दो जेंदी जोड़ी को निखड़े एक घंटा गुजरे प्यो को खाना चंग लगता है पानी चंग लगा उसी मेरे को मिंबर दी कसम है खाने दो दे दे तो रोंदे हयाती हो भी पानी दो दे दे तो रोंदे इवें रो रो के आदे माई न खाना चंग लगता है न पानी चंग लगता है मेरी जोड़ी मैं तो निखड़ गई है अल्लाह दियां दे पर्दे करी न खाना चंगा लगदे न जोड़ी न पानी मेरी जोड़ी मैं तो निखड़ गई है हर कोई सुते हुसैन दा वकील नहीं सुता तहज्जुद दी नमाज पढ़ी सुबह मुसले ते बैठा आई मैं इतों वैन शुरू पिया करें ना आखिरी बंदे तक झोली फैला के बै दुआ ज़हन च रख माँ हुसैन दी पूरा करे सी दीद पईस मुसले ते बैठा आई तवा करीब आईए बादशाह दा वकील मेरा सलाम गरीब आदे मेरे सलाम
ਇਸ ਇਲਾਕੇ ਵਾਲੇ ਤਵਾ ਦੀ ਸਰਦਾਰ ਨਿੰਦਰ ਨਵੇ ਆਈ ਗਰੀਬਾ ਦੇ ਕਿਆ ਦੱਸਾਂ ਧਰਾ ਤੇਲੇ ਅੱਖ ਲੱਗੀਏ ਮੈਂ ਡਿੱਠੇ ਦਰਿਆ ਦਾ ਕਿਨਾਰੇ ਮੇਰੇ ਪੁੱਤਰਾਂ ਦੇ ਚੋਲੇ ਲੱਥੇ ਹੋਏ ਇਹ ਕਮੀਨਾ ਤਮਾਚੇ ਵਧਾ ਮਰੇਂਦੇ ਮੇਰੇ ਪੋਤਰ ਹੱਥ ਬਣ ਕੇ ਆਦੇ ਵਧੇ ਨਮਾ ਰਸਾ ਪੇ ਤਾਂ ਨਾ ਆਏ ਅੱਲਾ ਦੀਆਂ ਦੇ ਪਰਦੇ ਕਰੀ ਜਿਹੜੇ ਵਹਿਣ ਕਰਕੇ ਰੋਵਣ ਦੇ ਆਦੀ ਵੇ ਜਨਾਜ਼ੇ ਆਉਣੇ ਨੇ ਕੰਮ ਅਲ ਕੰਮ ਵੱਡੇ ਲੋਕਾਂ ਦੇ ਜਨਾਜ਼ੇ ਨੇ ਹਸਤੀਆਂ ਦੇ ਜਨਾਜ਼ੇ ਨੇ ਵਹਿਣੇ ਚ ਆਉਣੇ ਚਾਹੀਦੇ ਜਿਹੜੇ ਮਾਤਮੀ ਵੇ ਕਿਆਮਤ ਦਾ ਮਨਜ਼ਾਰੇ ਆਦੇ ਖਾਬ ਡਿੱਠੇ ਮੈਨੂੰ ਜੋੜੀ ਦੇ ਛੋਲੇ ਲੱਥੇ ਹੋਏ ਨਜ਼ਰ ਆਏ ਨਾ ਮਿੰਬਰ ਦੀ ਕਸਮ ਅਜਾ ਲਫ਼ਜ਼ ਲੈਣ ਮੁੱਕੇ ਜਾਂ ਗਲੀ ਚ ਘੋੜਾਂ ਦੇ ਟਾਪਾਂ ਦੀ ਆਵਾਜ਼ ਆਈ ਹੈ ਮੁਸਲਿਮਾਂ ਦੇ ਮੈਂ ਸਮਝ ਗਈਆਂ ਜੋ ਮੇਰੀ ਗ੍ਰਿਫਤਾਰੀ ਵਾਸਤੇ ਫੌਜਾਂ ਆ ਗਈਆਂ ਨਾ ਤਵਾ ਦੀ ਪਹਿਲੇ ਤਿੰਨ ਵੰਜਾਂ ਦੇ ਸਾਂ ਪਹਿਲੇ ਮੈਂ ਆਪ ਕੁਰਬਾਨ ਹੋ ਸਾ ਸੈਯਦਾ ਦੇ ਮਸਤੂਰਾ ਤੇ ਜੰਗ ਰਵਾ ਨਹੀਂ ਹੁੰਦੀ ਵੀ ਆ ਹਰ ਨਮਾਜ਼ ਦੇ ਬਾਅਦ ਤੂੰ ਦੁਆ ਮੰਗਦੀ ਆਵੇ ਕਦੀ ਬਨੂ ਹਾਸ਼ਮ ਦਾ ਜੰਗ ਦੇਖਾ ਅੱਲਾ ਦੀ ਜ਼ਾਤ ਤੇਰੀ ਦੁਆ ਕਬੂਲ ਕੀਤੀ ਏ ਮਕਾਂ ਦੀ ਛੱਤ ਤੇ ਚੜ ਵਾਂ ਮੈਂ ਕੂਫਾ ਦੀਆਂ ਗਲੀਆਂ ਜੰਗ ਕਰੇ ਨਾ ਦੇਖੇ ਜਨਾ ਤਸੇ ਹੋਵੇ ਨਾ ਹਾਸ਼ਮੀ ਲੜਦੇ ਕਿਵੇਂ ਅਜਰੋ ਕਮਲ ਅੱਲਾ ਹੁਣ ਹੈ ਕੀਤੀ ਨੇ ਜਨਾ ਦੱਸੇ ਉਵੇਂ ਦੇਖੇ ਜੋ ਹਾਸ਼ਮੀ ਲੜਦੇ ਕਿਵੇਂ ਜਿਹੜੇ ਮਾਤਮ ਦੀ ਨੀਅਤ ਤੇ ਆਏ ਬੈਠੇ ਵੇ ਤਵਾ ਮਕਾਮ ਦੀ ਛੱਤ ਆਈਏ ਹੁਸੈਨ ਦਾ ਵਕੀਲ ਜ਼ੀਨ ਤੇ ਆਏ ਓਏ ਮਾਤਮੀ ਉਹ ਜੰਗ ਸ਼ੁਰੂ ਹੋਈ ਹੈ ਕਹਿ ਕਹਿ ਵੇਲੇ ਹਮਲਾ ਜੋ ਕਰੇਂਦਾ ਫੌਜਾਂ ਨਸਦੀਆਂ ਆਏ ਨਾ ਖੜ ਕੇ ਹੱਕਲ ਮਾਰ ਕੇ ਆਦਾ ਖੜ ਕੇ ਲੜੋ ਮੇਰੀ ਜੋੜੀ ਨਾ ਖੇੜੀ ਵੇ ਅਜਰੋ ਕਮਲ ਅੱਲਾ ਹੱਕਲ ਮਾਰ ਕੇ ਆਦਾ ਖੜ ਕੇ ਲੜੋ ਮੇਰੀ ਜੋੜੀ ਨਖੇੜੀ ਵੇ ਅਲਮ ਦੀ ਕਸਮ ਜਿਹੜੇ ਮਾਤਮੀ ਬੈਠੇ ਵੇ ਫੌਜਾਂ ਨਸ ਪਈਆਂ ਨਾ 37 ਮੀਲਾਂ 'ਚ ਕੂਫਾ ਬਾਦ ਆਈ ਕੂਫੇ ਦੀ ਹਰ ਗਲੀ 'ਚ ਲਾਸ਼ਾਂ ਦੇ ਢੇਰ ਨਜ਼ਰ ਦੇ ਆਏ ਨਾ ਜਿੱਦਾਂ ਇਹਨਾਂ ਡਿੱਠੇ ਜੋ ਨਹੀਂ ਲਾਂਦਾ ਹੁਸੈਨ ਦਾ ਵਕੀਲ ਰਜ਼ੀ ਲੋਕ ਮਕਾਨਾਂ ਦੀਆਂ ਛੱਤਾਂ 'ਤੇ ਚੜ ਗਏ ਨਾ ਕਹਿ ਪੱਥਰ ਮਾਰੇ ਨਾ ਕਹਿ ਤੀਰ ਮਾਰੇ ਨਾ ਕਹਿ ਜਲਦੀ ਹੋਈ ਬਾਦ ਛੋਲੇ ਸੱਜੇ ਨਾ ਤਾਰੀਖ ਚ ਮਿਲਦਾ ਇੱਕ ਰਜ਼ੀਲ ਔਰਤ ਨੇ ਚੱਕੀ ਦਾ ਪੁੜ ਚਾਹ ਕੇ ਸੱਟ ਛੋੜਾਏ ਜਦੋਂ ਜ਼ਮੀਨ ਤੇ ਆਏ ਮੁਸਲਿਮ ਦਾ ਮੱਥਾ ਹੀ ਜ਼ਖਮੀ ਹੋਏ ਡਾਂਦੀ ਸ਼ਹੀਦ ਹੋਏ ਆਦੇ ਮੈਦਾਨ ਲਾਏ ਕੀ ਉਹ ਜੇ ਮੁਸਲਮਾਨ ਨਾ ਸ਼ਰਮਾ ਕੇ ਨਹੀਂ ਸ਼ਰਮਾ ਕੇ ਨਹੀਂ ਹਰ ਬੰਦਾ ਸੀਨਾ ਪਿਆਰਾ ਨਾ ਕਰੇ ਮੈਂ ਸਾਹਿਬ ਸ਼ੁਰੂ ਪਿਆ ਕਰੇ ਨਾ ਜਿਹੜੇ ਮਾਤਮ ਦੀ ਨੀਅਤ ਤੇ ਆਏ ਬੈਠੇ ਵੇ ਚੱਕੀ ਦਾ ਪੋੜਾ ਏ ਮੱਥੇ ਹੀ ਜ਼ਖਮੀ ਡਾਂਦੀ ਸ਼ਹੀਦ ਹੋਏ ਨਜ਼ੀਨ ਤੋਂ ਜ਼ਮੀਨ ਤੇ ਆਈ ਨਾ ਆ ਕੇ ਜੱਕੜ ਕਿਤੇ ਰੱਸੀਆਂ ਜੱਕੜ ਕੇ ਟੁਰ ਪੈਣ ਦਾਰੋ ਲਮਾਰਾ ਦੇ ਦਰ ਤੇ ਗਹਿਣਾ ਨਾ ਸਰਗੋ ਦਿਆਲੇ ਜਨਾ ਦਾਰੋ ਲਮਾਰਾ ਦਾ ਦਰ ਆਏ ਸਾਹਮਣੇ ਦੀਦ ਪਈ ਏ ਦਾੜੀ ਪੁੱਸ ਗਈ ਏ ਨਾ ਲਾਲ ਸਿਪਾਹੀ ਤਾਂ ਨਾ ਮਾਰ ਕੇ ਆਦੇ ਮੁਸਲਿਮ ਵੱਡਾ ਅਮੀਰ ਆਵੇ ਤੂੰ ਦੱਸਾ ਮੌਤ ਕੋ ਦੇਖ ਕੇ ਡਰ ਗਏ ਮੁਸਲਿਮਾਂ ਦੇ ਮੌਤ ਕੋ ਦੇਖ ਕੇ ਨਾ ਡਰਾ ਕੋਈ ਵੇਲਾ ਪਿਆ ਰੋਂਦੇ ਇਹ ਆਦੇ ਕਿਹੜਾ ਵੇਲਾ ਮੁਸਲਿਮਾਂ ਦੇ ਕੱਲਾ ਆਇਆ ਮੇਰੀ ਨਿਭ ਵੈਸੀ ਰੋਂਦੀ ਆ ਗਾਲ ਅੱਜ ਤੂੰ ਚਾਂਦਨੀ ਆਪਾ ਦੀ ਥਈ ਸਜਾ ਦਵਣੇ ਆਵਾਜ਼ਾਂ ਦੇ ਕੱਲਾ ਨਾ ਸੀ ਉਹਦੀਆਂ ਭੇਣੀ ਨਾਲ ਉਸੇ ਜੇ ਕੋ ਭੇਣਾ ਸੀ ਸਜਾਦ ਮੈਂ ਥੱਕ ਪਈ ਅਜਰੋ ਕਮਲ ਅੱਲਾ ਅਜਰੋ ਕਮਲ ਅੱਲਾ ਅਜਰੋ ਕਮਲ ਅੱਲਾ ਕੱਲਾ ਨਾਲ ਸੀ ਉਹਦੀਆਂ ਭੇਣੀ ਨਾਲ ਹੁਸੈਨ ਜੇ ਕੋ ਭੇਣ ਆਖੀ ਸਜਾਦ ਮੈਂ ਥੱਕ ਪਈਆਂ ਹੁਣ ਤੱਕ ਜਿਹੜੇ ਮਾਤਮੀ ਬੈਠੇ ਹੋ ਹੁਣ ਤੱਕ ਬਈ ਜਾਨ ਮੈਂ ਪੜਦਾ ਆ ਮੁਸਲਿਮ ਜਾਂ ਹੁਸੈਨ ਦਾ ਵਕੀਲ ਜਾਂ ਸਫੀਰ ਏ ਹੁਸੈਨ ਹੁਣ ਤੱਕ ਮੈਂ ਨਹੀਂ ਆਖਾ ਅਮੀਰ ਮੁਸਲਿਮ ਹੁਣ ਦੱਸਾਵਣਾ ਚਾਹੁੰਦਾ ਜੋ ਅਮੀਰ ਕਦਮ ਬਣੇ ਸੁਣ ਸੋ ਜੋ ਅਮੀਰ ਕਿੰਨਾ ਬਣੇ ਜਦੋਂ ਦਰਬਾਰ ਦਾਖਲ ਹੋਏ ਸਾਹਮਣੇ ਬੈਠਾ ਮਿੰਬਰ ਤੇ ਹਰ ਕਹੀਂ ਦਾ ਸਲਾਮ ਕੀਤਾ ਹੁਸੈਨ ਦੇ ਵਕੀਲ ਨਹੀਂ ਕੀਤਾ ਨਾ ਲਾਲਾ ਸਿਪਾਹੀ ਦੇ ਕੇ ਆਦੇ ਮੁਸਲਿਮ ਅਮੀਰ ਦਾ ਸਲਾਮ ਕਰ ਜਿਣਕ ਦੇ ਕੇ ਆਦੇ ਕਮੀ ਨਾ ਬਕਵਾ ਉਸ ਬੰਦ ਕਰ ਇਹ ਅਮੀਰ ਹੋ ਸੀ ਤੇ ਨਾ ਸੀ ਮੌਲੀ ਅਮੀਰ ਉਹਨ ਸਵਾਲ ਹੁਸੈਨ ਮੇਰਾ ਅਮੀਰ ਹੁਸੈਨ ਉਹ ਜਵਾਨੋ ਰਾਵੀ ਆਦੇ ਮੈਂ ਜਿੱਠੇ ਇੱਕ ਕਾਲੇ ਪੁਰਕੇ ਵਾਲੀ ਬੀਬੀ ਜ਼ਹਿਰ ਥਈਏ ਆਦੀ ਇੱਥੇ ਔਖੇ ਵੇਲੇ ਮੇਰੇ ਹੁਸੈਨ ਕੋ ਅਮੀਰ ਸੱਡੇ ਆਦੀ ਵਾਦਾ ਕਰੇਂਦੀਆਂ ਕਿਆਮਤ ਤੱਕ ਤੂੰ ਅਮੀਰ ਸਨੀਂ ਦਰਾਸੇ ਆਦੀ ਮੈਨਾ ਹੁਸੈਨ ਗਰੀਬ ਅਜਰੋ ਕਮਲ ਅੱਲਾ ਅਜਰੋ ਕਮਲ ਅੱਲਾ ਕਿਆ ਬਾਤ ਹੈ ਬਈ
میرے حسین غریب سریندا راسی جڑے ماتمی بیٹھے وے قیامت دمن ذریا تے قتل کر چھوڑو غریبا دے کمینے تو سا مارنا میں مری وننا آواز آندی میری ترے وصیتیں پوریاں کرایا دے کیڑیاں وصیت مسلم دے کیا دے میری پہلی وصیت میری شہادت دے بعد میری زرہ میری تلوار میرا گھوڑا ویچ کے میرا قرضہ ادا کرے میری دوجی وصیت حسین کو خط لکھائے جو کوفے نامے تیریاں بہنی نال او جوان اوتری جی او جی وصیت تھئی ہے سارے درباری دھائی مار کرنے آدھے کمینے کالی دلیے میں مری بننا ہے منت لوائے میں جا خون لودا چولا میریاں دھیاں تو پھر واری وائے آواز آن دیئے میرا چولا چابا سیل آکسن بابا عید آ گئی ہے آکسن بس دے سونے آسے اجرو کمل اللہ اجرو کمل اللہ موجودی مجلس سے شام ہو گئی ہے بھائی جھولیاں پھلے ہو جڑے ماتمی بیٹھے ہوئے قیامت دا منظر آواز آن دیئے میرا چولا میری اندھیاں دو ریوا بھی جائے ختم ہو گئی مجلس دارو لمارا دی چھتے دارو لمارا دی چھتے حسین دے وکیل دی کیڑی آلت بکران بین ہمراں دی تلوار بین ایام حسین دے وکیل دی کیڑی آلت ہاتھ بدھے ہوئے نا حالت حسین دے وکیل دیئے مر ونیو آتے سیدان دے دکھ نہ پڑوں اس علاقے والے سوال کرو مسلم دی یہ حالت ہے حسین دی کیڑی حالت ہے پتھر دا دل ہی تکڑ جا کرے صبح دا ٹائم ہے حسین حجرے تو باہر آئے نا حسین دی تھے عباس دی کیڑی حالت ہے غازی کہیں ویلے باندھا ہے کہیں ویلے اٹھیندا ہے سیدہ دے عباس ہے حالت کہیں بنائی ہے اچھا وین کر کے آدھے میں نہ رومان بیا کون روے میں پارا دین دریاں دے دریاں ہر کہیں دیاں دھیاں سم گئی ہیں میڈیا بھڑے جیاں کو نیدر نہیں آن دیا آدھراو تیلے کوفہ دو مو کری لیے آدھن پاپا عید آ گئی ہے آدھن کوئی سالے پھر آن دی اجرو کو ملاللہ اجرو کو سینہ پیارا نہ کرے ہاتھ میں جوڑو جی بسم اللہ میں ہزار بار آکھاں آدھے میں پارا دے نہ میں دے درانا ہر کہنیاں دھیاں سموے لیل میں دیاں پھڑے نیاں کو نیدر نہیں آن دی ہاتھ نہ جوڑو جن ماتمی بیٹھے وے حسین آدھے اگر آکھیں تینو ہی تھائی پھرا ملا وہاں سرسو اب آوزان دیے پھرا ملا وعدہ کر سپر کرے سے آدھے سپر کرے سا امام نے دو انگلی دراز کی دیل قدمہ تے اتلا کے آدھے منت لا میں کو کوفے پوچھا سیدہ دے ہونے تا آدھا میں سپر کرے سا آدھے امامت دی قسمے میں جنگ نہ کریں دا دارو لمارا دی چھات بلاندے میں دے پھرا دا سارا سی غریبا دے ابالا نتیجی میں ادھر ڈھائی ہوئے دلے دے اور جوانوں نے ڈھائی دے گئی کالے پرکے آلی بی بی اے آدھیا میں نے بچڑے دا وکیل جی کرا جی بسم اللہ تمہید موقع یہ مسائب شروع ہے تمہید موقعی کھنا جیڑے ماتمی بیٹھے ہوئے دعا منگی کرو اللہ درجات بلند کرے میرے بزرگ قبلہ خاتم عزا کرین والد فدا حسین جھنڈیر دے انہاں دا مرسیہ پیا پڑھدا نیڑے ماتمی بیٹھے وے انہاں دے رب دے نو فرمائے دے راں دعا منگی کرو انشاءاللہ کہیں دیاں بھینا پردیس دے پیوا نہ ہوویں او جڑے ماتمی بیٹھے وے جڑا مسلم دے گل تے تلوار لگی ہے ہن جڑے ماتمی وے دیکھنا میرے پاسے شبیر پڑھے انا للہ ہے وا انا الہ راجعون پہلا ماتمی جلوس تو رہے بھین کو مکان دے ون روندا دے تے رو کے آدان دے چار